थोड़ा प्रॉब्लम होवे उदों ट्रीटमेंट करना चाहिए। ज़्यादा वध गया हुणे किन्नियां पुरानियां किन्नियां ने? ਇਹ ਹੋਣੀ ਆ ਬਾਬਾ ਜਦੋਂ ਮੈਂ ਦੁਕਾਨ ਤੇ ਜਾਂਦਾ ਨਾ ਨਹੀਂ ਬਾਬਾ ਕਿੰਨੀਆਂ? ਮਹੀਨਾ, 2 ਮਹੀਨੇ, 3 ਮਹੀਨੇ ਪੁਰਾਣੀਆਂ? ਮਹੀਨਾ 2 ਮਹੀਨੇ ਹੋ ਗਈਆਂ ਹੋਣੀਆਂ, 2-3 ਮਹੀਨੇ ਹੋ ਗਈਆਂ ਹੋਣੀਆਂ ਪੁਰਾਣੀਆਂ। 3 ਮਹੀਨੇ ਪੁਰਾਣੀਆਂ? 2-3 ਮਹੀਨੇ 2-3 ਮਹੀਨੇ ਪੁਰਾਣੀਆਂ। ਹਾਂਜੀ ਠੀਕ ਹੋ ਗਿਆ ਸਾਫ਼? ਹਾਂਜੀ ਆ ਗਿਆ ਬਸ ਅਰਮਾਨ, ਨਿਸ਼ਾਨ ਹੀ ਆ। ਆ ਗਿਆ ਅਰਮਾਨ, ਆ ਗਿਆ ਅਰਮਾਨ ਕੇ ਬਸ ਥੋੜ੍ਹਾ ਥੋੜ੍ਹਾ ਨਿਸ਼ਾਨ ਹੀ ਆ। ਖਾਰਸ਼ ਹੁੰਦੀ ਹੁਣ ਇੱਥੇ? ਹਾਂਜੀ ਹੁੰਦੀ ਤਾਂ ਹੈਗੀ ਆ ਥੋੜ੍ਹੀ ਬਹੁਤੀ। ਥੋੜ੍ਹੀ ਬਹੁਤੀ ਆ? ਹਾਂਜੀ ਨਹੀਂ ਜੇ ਕਰੀਮ ਫਿਰ ਲਾ ਨਾ, ਜੇ ਬੰਦ ਨਾ ਨਾ ਕਰ। ਠੀਕ ਕਰੀਮ ਲਾਈ ਜਾ। ਠੀਕ ਉਹ ਥੋੜ੍ਹੀ ਜਿਹੀ ਹੈਗੀ ਉਹ ਜਿੰਨੀ ਕੁ ਲਾ ਉਹ ਲਾ ਫਿਰ ਪੂਰਾ ਚੰਗੀ ਤਰ੍ਹਾਂ ਠੀਕ ਕਰਨਾ। ਠੀਕ ਹੈ ਅਜੇ ਥੋੜ੍ਹਾ ਜਿਹੜਾ ਨਿਸ਼ਾਨ ਆ ਨਜ਼ਰ ਆਉਂਦਾ ਨਾ, ਜਿਹਦੀ ਖਾਰਸ਼ ਹੁੰਦੀ ਆ ਹਾਂਜੀ ਇਹਨੂੰ ਵੀ ਠੀਕ ਕਰਨਾ ਆਪਾਂ। ਠੀਕ ਸੁਪਰ। ਹਾਂ ਬਿਲਕੁਲ ਠੀਕ ਹੈ, ਹੁਣ ਤਾਂ ਕੋਈ ਤਕਲੀਫ ਨਹੀਂ? ਨਾ ਹਾਂ ਨਾ ਨਾ ਠੀਕ ਹੈ। ਕਿੰਨਾ ਪੁਰਾਣਾ ਸੀ ਇਹ? ਤੇ ਮੀਨ ਸਾਲ ਕੋ ਹੋ ਜਾਣਾ। 1 ਸਾਲ ਪੁਰਾਣੀਆਂ ਸੀ? ਆਹੋ ਸਾਲ ਹੋ ਗਿਆ ਹੋਣਾ। 1 ਸਾਲ ਪੁਰਾਣੀਆਂ ਸੀ ਤੇ ਦਵਾਈ ਕਿੰਨਾ ਦਿਨ ਖੜੀ ਸੀ? ਦਵਾਈ ਖੜੀ ਇੱਕ ਦੋ ਵਾਰਾਂ ਖੜੀ ਸੀ। 1-2 ਵਾਰਾਂ ਖੜੀ ਆ? 10, 8-10, 12 ਦਵਾਈ 8-10 ਦਿਨ ਵਰਤੀ ਦਵਾਈ? ਹਾਂਜੀ ਹਾਂਜੀ। ਅੱਛਾ ਤੇ 1 ਸਾਲ ਪੁਰਾਣਾ ਨੁਕਸ ਸੀ? ਹਾਂਜੀ ਹਾਂਜੀ। 1 ਸਾਲ ਪੁਰਾਣਾ ਨੁਕਸ ਮਤਲਬ 10 ਕੁ ਦਿਨ ਦੇ ਵਿੱਚ ਵਿੱਚ ਠੀਕ ਹੋ ਗਿਆ। ਹੁਣ ਕੋਈ ਤਕਲੀਫ, ਕੋਈ ਖਾਰਸ਼? ਨਾ ਨਾ ਕੋਈ ਖਾਰਸ਼ ਨਹੀਂ। ਨਾ ਨਾ ਠੀਕ। ਕੋਈ ਖਾਰਸ਼ ਨਹੀਂ, ਕੋਈ ਪ੍ਰੋਬਲਮ ਨਹੀਂ ਹੁਣ ਹੈਗੀ? ਠੀਕ ਹੋ ਗਿਆ, ਚਲੋ ਬਹੁਤ ਵਧੀਆ ਹੋ ਗਿਆ ਹੈ। ਹਾਂਜੀ।